ਪਿੰਡ ਸੈਦੋਵਾਲ ਦੇ ਕਿਸਾਨ ਸੰਤੋਖ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਤੋਂ ਬਾਅਦ ਪੀੜਿਤ ਪਰਿਵਾਰ ਦੇ ਹੱਕ ਵਿੱਚ ਆਈ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਸੈਂਕੜੋ ਕਿਸਾਨਾਂ ਨੇ SDM ਦਫ਼ਤਰ ਫਿਲੌਰ ਵਿਖੇ ਧਰਨਾ ਲਾਇਆ। ਧਰਨੇ ਨੂੰ ਸੰਬੋਧਿਤ ਕਰਦਿਆਂ ਕਿਸਾਨ ਆਗੂ ਸੰਤੋਖ ਸਿੰਘ ਤੱਗਣ ਅਤੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਪੀੜਿਤ ਪਰਿਵਾਰ ਨੂੰ ਸਰਕਾਰ 10 ਲੱਖ ਦੀ ਆਰਥਿਕ ਮਦਦ ਕਰੇ ਅਤੇ ਆੜ੍ਹਤੀਏ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪਿਛਲੇ ਦਿਨੀ ਪਿੰਡ ਸੈਦੋਵਾਲ ਦੇ ਸਾਬਕਾ ਸਰਪੰਚ ਸੰਤੋਖ ਸਿੰਘ ਵੱਲੋਂ ਆਤਮ ਹੱਤਿਆ ਕਰ ਲਈ ਗਈ ਆ। ਹੋਰ ਕਿਸੇ ਆੜ੍ਹਤੀਏ ਦੇ ਪੈਸੇ ਦੇਣੇ ਸੀ, ਆੜ੍ਹਤੀਏ ਦਾ ਦਬਾਅ ਹੀ ਉਹ 'ਤੇ ਇੰਨਾ ਪੈ ਗਿਆ ਕਿ ਹੁਣ ਆੜ੍ਹਤੀਏ ਦੇ ਆਉਣ ਤੋਂ ਪਹਿਲੇ ਇੱਕ ਘੰਟਾ ਜਿਹੜੀ ਆ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ। ਕਿੰਨੇ ਪੈਸੇ ਦੇਣੇ ਸੀ? 30 ਲੱਖ ਰੁਪਈਆ ਆੜ੍ਹਤੀਆ ਕਹਿ ਰਿਹਾ ਸੀ ਮੈਂ ਲੈਣਾ ਉਹ ਤੋਂ, ਅਤੇ ਉਹ ਤੋਂ ਡਰਦੇ ਨਹੀਂ ਹੁਣ ਜਿਹੜੀ ਆਤਮ ਹੱਤਿਆ ਕਰ ਲਈ ਆ। ਕਾਹਦਾ ਕੰਮ ਦਾ ਲਿਆ ਸੀ? ਕਾਹਦਾ ਲਿਆ ਸੀ? ਕਾਹਦੇ ਲਿਆ ਸੀ? ਉਹ ਕਰਜ਼ਾ ਜਿਹੜਾ ਉਹਨੂੰ ਖੇਤੀ ਲਈ ਲਿਆ ਆਇਆ ਸੀਗਾ, ਜਿਹੜਾ ਵਾਧਾ ਵਿੱਚ ਉਹਨਾਂ ਹੇਰਾਫੇਰੀ ਵੀ ਹੁੰਦੀ ਹੈ, ਉਹਨੂੰ ਵਿਆਜ ਵੀ ਜਿਹੜਾ ਵੱਧ ਲਾਉਂਦਾ ਰਿਹਾ, ਅਤੇ ਉਹ ਕਰਜ਼ਾ ਹੀ ਇੰਨਾ ਚੜ੍ਹਾਤਾ, ਮੂਲ ਘੱਟ ਸੀ ਅਤੇ ਵੱਧ ਵਿਆਜ ਗਿਆ। ਉਹ ਤੋਂ ਬਾਅਦ ਅਸੀਂ SDM ਨੂੰ ਇੱਕ ਮੰਗ ਪੱਤਰ ਦੇ ਗਏ ਹਾਂ ਸ਼ੁੱਕਰਵਾਰ, ਜਿਹਦੇ ਵਿੱਚ ਅਸੀਂ ਇਹ ਮੰਗਿਆ ਸੀਗਾ ਵੀ ਇਸ ਕਿਸਾਨ ਦੀ ਹੁਣ ਵਿਧਵਾ ਜਿਹੜੀ ਆ ਉਹਦਾ ਹੋਰ ਕੋਈ ਸਹਾਰਾ ਨਹੀਂ, ਮੁੰਡਾ ਉਹਦਾ ਆਡੂਆ, ਲੜਕੀ ਉਹਦੀ ਵਿਆਹੀ ਆ, ਇਹਨੂੰ ਜਿਹੜੀ ਮਾਲੀ ਮਦਦ ਸਰਕਾਰ ਘੱਟੋ ਘੱਟ 10 ਲੱਖ ਰੁਪਈਆ ਦੇਵੇ। ਸੈਦੋਵਾਲ ਪਿੰਡ ਦੇ ਵਿੱਚ ਇੱਕ ਕਿਸਾਨ ਦੀ ਡੈਥ ਹੋ ਗਈ ਸੀ ਕੋਈ ਦਵਾਈ ਪੀਣ ਕਰਕੇ, ਸੋ ਉਸ ਸੰਬੰਧ ਦੇ ਵਿੱਚ ਇੱਥੇ ਇੱਕ ਰੋਸ ਧਰਨਾ ਲਗਾਇਆ ਗਿਆ ਸੀ। ਇਹਦੇ ਵਿੱਚ ਅਸੀਂ ਪਰਸੋਂ ਇਹਨਾਂ ਦੀ ਜਿਹੜੀ ਹੈਗੀ ਹੈ ਕੇਸ ਤਿਆਰ ਕਰਵਾ ਕੇ ਜੋ ਸਰਕਾਰ ਨੂੰ ਕੰਪਨਸੇਸ਼ਨ ਮਿਲਦਾ ਹੈਗਾ ਉਹਦੀ ਅਸੀਂ ਅੱਜ ਸਵੇਰੇ ਮੀਟਿੰਗ ਕਰਕੇ ਡੀ ਸਾਹਿਬ ਨਾਲ, ਔਰ ਕੇਸ ਅੱਜ ਜਿਹੜਾ ਹੈ ਸਰਕਾਰ ਨੂੰ ਪਹੁੰਚ ਜਾਏਗਾ, ਔਰ 25 ਤਰੀਕ ਤੱਕ ਅਸੀਂ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਰਕਾਰ ਦੀ ਵੀ ਪੋਲਿਸੀ ਹੈ ਕਿ ਹਰ ਮਹੀਨੇ 25 ਤਰੀਕ ਤੱਕ ਜਿਹੜਾ ਕੰਪਨਸੇਸ਼ਨ ਹੈ ਜਿਹੜੇ ਰਾਈਪ ਕੇਸ ਹੋ ਜਾਂਦੇ ਉਹਦੇ ਵਿੱਚ ਉਹਨੂੰ ਪੀੜਿਤ ਪਰਿਵਾਰ ਨੂੰ ਮਿਲ ਜਾਣਾ ਚਾਹੀਦਾ। ਸੋ ਸਾਡੀ ਇਹੀ ਕੋਸ਼ਿਸ਼ ਹੈ ਕਿ ਕੰਪਨਸੇਸ਼ਨ ਜਿਹੜਾ ਹੈਗਾ 25 ਤਰੀਕ ਤੱਕ ਪੀੜਿਤ ਪਰਿਵਾਰ ਨੂੰ ਮਿਲਦਾ। ਫਿਲੌਰ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ, ਚੈਨਲ 2।